ਤੇ ਮਹਿੰਦਰਾ 265 DI 7 ਮਾਡਲ ਹੈ ਆਰਜੇ ਨੰਬਰ ਹੈ 233,000 ਰੁਪਏ ਡਿਮਾਂਡ ਹੈ ਟਾਇਰ ਨਵੇਂ ਨੇ ਜੀ ਚਾਰੇ ਤੇ ਜੌਨ ਡੀਅਰ 5039 ਜੇ ਗੱਲ ਕਰੀਏ ਦੀ 5039 ਦੀ ਦੇਖੋ ਕੰਡੀਸ਼ਨ ਬਿਲਕੁਲ ਓਕੇ ਆ 21 ਮਾਡਲ ਹੈ 570 ਡਿਮਾਂਡ ਹੈ ਜੀ 570 ਡਿਮਾਂਡ ਹੈ ਜੀ ਠੀਕ ਹੈ ਜੀ ਐਚ ਆਰ ਨੰਬਰ ਅਰਜਨ ਠੀਕ ਹੈ ਜੀ ਐਚ ਆਰ ਨੰਬਰ 15 ਮਾਡਲ 425 ਡਿਮਾਂਡ ਹੈ ਜੀ 555 ਦੀ ਤੇ ਪਾਵਰ ਟਰੈਕ 439 11 ਮਾਡਲ ਹੈ 255,000 ਰੁਪਇਆ ਡਿਮਾਂਡ ਹੈ ਦੇਖ ਸਕਦੇ ਜੀ ਫਤਿਹਾਵਾਂ ਟਰੈਕਟਰ ਮੰਡੀ ਹਰਿਆਣਾ ਦੀ ਮੰਡੀ ਹੈ ਜੀ ਠੀਕ ਹੈ ਜੀ ਫਤਿਹਾਵਾਂ ਟਰੈਕਟਰ ਮੰਡੀ ਹਰਿਆਣਾ ਦੀ ਮੰਡੀ 9 ਮਾਡਲ 285 ਡਿਮਾਂਡ ਹੈ ਜੀ ਫਾਰਮ ਟਰੈਕ ਦੀ 39 ਕੈਟਾਗਰੀ ਦਾ ਟਰੈਕਟਰ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਤੇ ਸੋਨਾਲੀਕਾ ਇੰਟਰਨੈਸ਼ਨਲ DI 35 8 ਮਾਡਲ ਹੈ 245,000 ਰੁਪਇਆ ਡਿਮਾਂਡ ਹੈ ਟਾਇਰ ਨਵੇਂ ਨੇ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੇਖ ਸਕਦੇ ਜੀ ਫਾਰਮ ਟਰੈਕ ਚੈਂਪੀਅਨ 39 9 ਮਾਡਲ ਹੈ ਜੀ 235,000 ਰੁਪਇਆ ਡਿਮਾਂਡ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਦੇਖ ਸਕਦੇ ਜੀ ਸੋਨਾਲੀਕਾ DI 60 ਇਹ ਹੈਗਾ ਜੀ 9 ਮਾਡਲ ਹੈ 3,00,000 ਰੁਪਇਆ ਡਿਮਾਂਡ ਹੈ ਜੀ ਦੇਖ ਸਕਦੇ ਜੀ ਤੁਸੀਂ ਸਿੰਪਲ ਸਟੇਅਰਿੰਗ ਹੈ ਸਕੋਟ 430 ਜੀ 99 ਮਾਡਲ ਹੈ 1,45,000 ਰੁਪਇਆ ਡਿਮਾਂਡ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਜੇ ਗੱਲ ਕਰੀਏ ਕੰਡੀਸ਼ਨ ਦੀ ਸਵਰਾਜ 724 FE ਇਹ ਹੈਗਾ ਜੀ 7 ਮਾਡਲ ਹੈ 1,93,000 ਰੁਪਇਆ ਡਿਮਾਂਡ ਹੈ ਜੀ ਟਾਇਰ ਨਵੇਂ ਨੇ ਜੀ ਵੇਖ ਸਕਦੇ ਜੀ ਨਵੇਂ ਨਹੀਂ ਗੇ ਮੰਨ ਕੇ ਚੱਲੋ 20% ਉੱਡੇ ਹੋਏ 80% ਟਾਇਰ ਨੇ ਜੀ ਦੇਖ ਸਕਦੇ ਜੀ ਕੰਡੀਸ਼ਨ ਅਤੇ ਫਾਰਮ ਟਰੈਕ 45 ਇਹ ਹੈਗਾ ਜੀ 10 ਮਾਡਲ ਹੈ 270 ਡਿਮਾਂਡ ਹੈ ਜੀ ਦੇਖ ਸਕਦੇ ਕੰਡੀਸ਼ਨ ਜੌਨ ਡੀਅਰ ਆ ਗਏ 2 ਜੌਨ ਡੀਅਰ ਲਗਾਤਾਰ 53-10 ਹੁੱਡ ਵਾਲੀ ਛਤਰੀ ਲੱਗੀ ਹੋਈ ਹੈ ਜੀ ਐਚ ਆਰ ਨੰਬਰ ਹੈ 10 ਮਾਡਲ ਹੈ ਜੀ 525,000 ਰੁਪਇਆ ਡਿਮਾਂਡ ਹੈ ਜੀ ਦੇਖ ਸਕਦੇ ਜੀ ਤੁਸੀਂ ਕੰਡੀਸ਼ਨ ਅਤੇ ਜੌਨ ਡੀਅਰ 53-10 ਇਹ ਹੈਗਾ ਜੀ 6,00,000 ਇਹਦਾ ਪ੍ਰਾਈਜ਼ ਪ੍ਰੂਈਜ਼ ਮੇਟਰ ਆ ਥੋੜ੍ਹਾ ਅਤੇ ਜੇ ਤੁਹਾਨੂੰ ਸਮਝ ਆਉਂਦੀ ਤੁਹਾਨੂੰ ਦਿਖਾ ਦਿੰਦੇ ਹਾਂ ਪ੍ਰਾਈਜ਼ ਅਤੇ ਮਾਡਲ ਦੇਖੋ ਜੀ ਆਹ ਸਮਝ ਆਉਂਦਾ ਤੁਹਾਨੂੰ ਕੁਛ ਸਮਝ ਆਇਆ ਨਹੀਂ ਆਇਆ ਨਾ ਆਹ ਦੇਖੋ 6,00,000 ਸ਼ਾਇਦ ਤੱਕ 95,000 ਹੈ ਅਤੇ ਮਾਡਲ ਨਹੀਂ ਕੋਈ ਸਮਝ ਆਉਂਦਾ ਪਰ ਟਾਇਰ ਨਵੇਂ ਹੀ ਨੇ ਮੰਨ ਕੇ 80% ਟਾਇਰ ਹੈਗੇ ਨੇ ਅਗਲੇ ਹੀ ਜਾ ਦੇ ਨੇ ਫਾਰਮ ਟਰੈਕ ਚੈਂਪੀਅਨ ਜੇ ਗੱਲ ਕਰੀਏ ਫਾਰਮ ਟਰੈਕ ਚੈਂਪੀਅਨ ਦੀ ਅਤੇ 11 ਮਾਡਲ 3,10,000 ਰੁਪਇਆ ਡਿਮਾਂਡ ਹੈ ਫਾਰਮ ਟਰੈਕ ਇਹ ਹੈਗਾ ਜੀ ਚੈਂਪੀਅਨ ਅਤੇ ਇਸ ਸਾਈਡ HMT 6522 ਪਾਵਰ ਸਟੇਅਰਿੰਗ ਹੈ ਇਹ ਹੈਗਾ ਜੀ 15 ਮਾਡਲ ਹੈ 470 ਡਿਮਾਂਡ ਹੈ ਜੀ 470 ਡਿਮਾਂਡ ਹੈ ਜੀ ਦੇਖ ਸਕਦੇ ਕੰਡੀਸ਼ਨ ਟਰੈਕਟਰ ਦੀ ਅਤੇ ਹੁਣ ਅਗਲੀ ਸਾਈਡ ਲੈ ਕੇ ਚੱਲਦੇ ਹਾਂ ਤੁਹਾਨੂੰ ਮਹਿੰਦਰਾ 575 ਪਾਵਰ ਸਟੇਅਰਿੰਗ ਆ 15 ਮਾਡਲ 16 ਦੀ RC ਆ 450,000 ਰੁਪਇਆ ਡਿਮਾਂਡ ਆ ਛਤਰੀ ਲੱਗੀ ਹੋਈ ਆ ਐਂਪ ਲੱਗਾ ਹੋਇਆ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਜੌਨ ਡੀਅਰ 5036 20 ਮਾਡਲ ਹੈ 480,000 ਰੁਪਇਆ ਡਿਮਾਂਡ ਹੈ ਕਾਚਾ ਪੀਸ ਟਾਇਰ ਨੇ ਜੀ ਦੇਖ ਸਕਦੇ ਜੀ ਰੰਗ ਵੇਖੋ ਤੁਸੀਂ ਸਾਰੇ ਇੰਜਨ ਦਾ ਓਵਰਆਲ ਅਤੇ ਜੌਨ ਡੀਅਰ 5050 18 ਮਾਡਲ ਹੈ 495 ਡਿਮਾਂਡ ਹੈ ਜੀ ਦੇਖ ਸਕਦੇ ਜੀ ਤੁਸੀਂ ਕੰਡੀਸ਼ਨ ਤੁਹਾਡੇ ਸਾਹਮਣੇ ਆ ਅਤੇ ਜੌਨ ਡੀਅਰ 53-10 18 ਮਾਡਲ ਹੈ 640,000 ਰੁਪਇਆ ਡਿਮਾਂਡ ਹੈ ਦੇਖ ਸਕਦੇ ਜੀ ਤੁਸੀਂ ਅਤੇ ਜੌਨ ਡੀਅਰ 5036 17 ਮਾਡਲ ਹੈ 385,000 ਰੁਪਇਆ ਡਿਮਾਂਡ ਹੈ ਜੀ ਕੰਡੀਸ਼ਨ ਤੁਹਾਡੇ ਸਾਹਮਣੇ ਟਰੈਕਟਰ ਦੀ ਦੇਖ ਸਕਦੇ ਜੀ ਜੇ ਓਵਰਆਲ ਕੰਡੀਸ਼ਨ ਦਿਖਾਈ ਜਾਵੇ ਤੁਹਾਨੂੰ ਬਿਲਕੁਲ ਸਾਫ਼ ਟਰੈਕਟਰ ਹੈ ਫਾਰਮ ਟਰੈਕ ਕਲਾਸਿਕ ਮਾਡਲ ਹੈ F2 ਅਤੇ 18 ਮਾਡਲ ਹੈ 4,40,000 ਰੁਪਇਆ ਡਿਮਾਂਡ ਹੈ ਜੀ ਦੇਖ ਸਕਦੇ ਕੰਡੀਸ਼ਨ ਤੁਸੀਂ ਅਤੇ ਸਵਰਾਜ 855 ਰਿਵਰਸ PTO ਦੇ ਨਾਲ 14 ਮਾਡਲ ਹੈ ਅਤੇ 470 ਡਿਮਾਂਡ ਹੈ ਜੀ ਦੇਖ ਸਕਦੇ ਜੀ ਇਸ ਸਾਈਡ ਖੜ੍ਹਾ ਆਪਣਾ 4WD 36 19 ਮਾਡਲ ਹੈ 670,000 ਰੁਪਇਆ ਡਿਮਾਂਡ ਹੈ ਕੰਡੀਸ਼ਨ ਤੁਹਾਡੇ ਸਾਹਮਣੇ ਆ ਜੀ ਦੇਖ ਸਕਦੇ ਜੀ ਨਿਊ ਹੋਲੈਂਡ 3630 ਦੀ ਸੋਨਾਲੀਕਾ 750 21 ਮਾਡਲ ਹੈ 635,000 ਰੁਪਇਆ ਡਿਮਾਂਡ ਛਤਰੀ ਲੱਗੀ ਹੋਈ ਆ ਹੁੱਡ ਵਾਲੀ ਇਸ ਸਾਈਡ ਜੇ ਗੱਲ ਕਰੀਏ 485 ਦੀ 22 ਮਾਡਲ ਹੈ
ਨਾ ਇੱਕ ਹੀ ਮਾਡਲ ਹੈ 22 ਦੀ ਆਰ ਸੀ 5,65,000 ਰੁਪਇਆ ਡਿਮਾਂਡ ਹੈ ਜੀ ਦੇਖ ਸਕਦੇ ਜੇ ਅਤੇ ਵੀਡੀਓ ਨੂੰ ਕਰਦੇ ਹਾਂ ਇੱਥੇ ਖਤਮ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹਾਂ ਜੀ ਧੰਨਵਾਦ ਅਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ